ਦਿੰਦੇ ਆ ਜੀ ਕੰਮ, ਔਰ ਮੈਂ ਇੱਕ ਬੇਨਤੀ ਕਰੂੰ, ਵਧੀਆ ਸੁਣਿਆ ਕਰੋ ਤਾਂ ਜੋ ਚੰਗੇ ਕਲਾਕਾਰਾਂ ਨੂੰ ਵਧੀਆ ਹੰਗਾਰਾ ਮਿਲੇ। ਕਿੱਦਾਂ ਦੇ ਗੀਤ ਹੋਣੇ ਚਾਹੀਦੇ ਜੀ? ਮੈਂ ਇੱਕ ਗੀਤ ਤੁਹਾਡੇ ਨਾਲ ਸ਼ੇਅਰ ਕਰਦਾ ਜੀ ਪਹਿਲਾਂ, ਕਿਉਂਕਿ ਦੁਨੀਆਂ ਦੇ ਵਿੱਚ ਰੋਜ਼ ਨਹੀਂ ਆਉਣਾ। ਇੱਕ ਰੇਸ਼ਮ ਦਾ ਕੀੜਾ ਆ, ਮਰਦਾ ਮਰਦਾ ਐਸੀ ਤਾਰ ਛੱਡਦਾ ਜਿਹੜੀ 100 ਸਾਲ ਤੱਕ ਰਹਿੰਦੀ। ਆਪਾਂ ਫਿਰ ਇਨਸਾਨ ਆ, ਕੁਝ ਦੇ ਕੇ ਜਾਈਏ ਦੁਨੀਆਂ ਨੂੰ। ਸੋ ਐਸੀਆਂ ਹੀ ਗੱਲਾਂ ਜੀ ਕੁਝ। ਕੋਈ ਚੰਗਾ ਕੰਮ ਵੀ ਕਰਿਆ ਕਰ, ਦੁਨੀਆਂ ਤੇ ਦੁਬਾਰਾ ਆਉਣਾ ਨਹੀਂ। ਐਵੇਂ ਰੁੱਖਾਂ ਨੂੰ ਕਿਉਂ ਵੱਢਦਾ ਏ, ਜੇ ਪਾਣੀ ਦਾ ਘੁੱਟ ਪਾਉਣਾ ਨਹੀਂ। ਪੱਗ ਚਿੱਟੀ ਦਿੱਤੀ ਬਾਬਿਆਂ ਨੇ, ਪੱਗ ਚਿੱਟੀ ਦਿੱਤੀ ਬਾਬਿਆਂ ਨੇ, ਇਹਨੂੰ ਪੈਰਾਂ ਵਿੱਚ ਨੀ ਰੋਲੀਦਾ। ਨਾ ਕੱਢੀਏ ਮਾਂ ਦੀ ਗਾਲ ਕਦੇ, ਤੇ ਨਾ ਧੀ ਨੂੰ ਮਾੜਾ ਬੋਲੀਦਾ। ਨਾ ਕੱਢੀਏ ਮਾਂ ਦੀ ਗਾਲ ਕਦੇ, ਤੇ ਨਾ ਧੀ ਨੂੰ ਮਾੜਾ ਬੋਲੀਦਾ। ਜਿਹੜਾ ਜੀ ਇੱਕ ਘਰ ਛੱਤਿਆ ਮਾਂ ਪਿਓ ਨੇ, ਉਹਦੀਆਂ ਬੜੀਆਂ ਆਸਾਂ ਹੁੰਦੀਆਂ ਵਿੱਚ, ਉਹ ਜਿਉਂਦੇ ਜੀ ਵੰਡਿਆ ਨਹੀਂ ਜਾਣਾ ਚਾਹੀਦਾ। ਇਹਦੇ 'ਚ ਮੈਂ ਕੀ ਲਿਖਿਆ? ਜਿਹੜਾ ਛੱਤਿਆ ਏ ਪਿਓ ਦਾ ਦੇਣ, ਉਸ ਘਰ ਨੂੰ ਕਦੇ ਨੀ ਵੰਡੀਦਾ। ਪੈਲੀ ਪਿੱਛੇ ਸਕਿਆ ਫਾਈਆਂ ਲਈ, ਕਦੀ ਨਹੀਂ ਗੰਡਾਸਾ ਚੰਡੀਦਾ। ਜਿਹੜਾ ਛੱਤਿਆ ਏ ਪਿਓ ਦਾ ਦੇਣ, ਉਸ ਘਰ ਨੂੰ ਕਦੇ ਨੀ ਵੰਡੀਦਾ। ਪੈਲੀ ਪਿੱਛੇ ਸਕਿਆ ਫਾਈਆਂ ਲਈ, ਕਦੀ ਨਹੀਂ ਗੰਡਾਸਾ ਚੰਡੀਦਾ। ਹਰ ਰਿਸ਼ਤਾ ਮਹਿੰਗਾ ਮੋਤੀਆਂ ਤੋਂ, ਨਹੀਂ ਪੈਸਿਆਂ ਦੇ ਨਾਲ ਤੋਲੀਦਾ। ਨਾ ਕੱਢੀਏ ਮਾਂ ਦੀ ਗਾਲ ਕਦੇ, ਤੇ ਨਾ ਧੀ ਨੂੰ ਮਾੜਾ ਬੋਲੀਦਾ। ਸਿਆਣੇ ਕਹਿੰਦੇ ਜੀ, ਜਿਹਦੀ ਧੀ ਪੜ੍ਹ ਜਾਂਦੀ ਆ, ਉਹਦੀ ਕੁੱਲ ਪੜ੍ਹ ਜਾਂਦੀ, ਉਹਦਾ ਖਾਨਦਾਨ ਪੜ੍ਹ ਜਾਂਦਾ। ਸੋ ਕੁੜੀ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ। ਇਸ ਮੈਂ ਕੀ ਲਿਖਿਆ? ਕਿ ਬੱਚੇ ਬੂਟਿਆਂ ਵਰਗੇ ਹੁੰਦੇ ਨੇ, ਬੱਚੇ ਬੂਟਿਆਂ ਵਰਗੇ ਹੁੰਦੇ ਨੇ, ਨਹੀਂ ਖਾਦ ਨਸ਼ੇ ਦੀ ਪਾਈਦੀ। ਉਹ ਸਾਰੇ ਖਾਨਦਾਨ ਦਾ ਨਾ ਚਮਕੇ, ਤੇ ਧੀ ਵੱਧ ਤੋਂ ਵੱਧ ਪੜ੍ਹਾਈਦੀ। ਇਸ ਇੱਜ਼ਤਾਂ ਵਾਲੀ ਡੱਬੀ ਨੂੰ ਨਹੀਂ ਕਾਮਾ ਅੱਗੇ ਖੋਲੀਦਾ। ਨਾ ਕੱਢੀਏ ਮਾਂ ਦੀ ਗਾਲ ਕਦੇ, ਤੇ ਨਾ ਧੀ ਨੂੰ ਮਾੜਾ ਬੋਲੀਦਾ। ਫਿਰ ਧਰਮ ਸਾਂਭ ਨਹੀਂ ਮੰਗਣਾ ਤੂੰ, ਰੱਬ ਨੂੰ ਕੋਈ ਖਤਰਾ ਨਹੀਂ ਹੈ ਜੀ। ਬੰਦੇ ਨੇ ਆਪਣੀਆਂ ਹੀ ਕੰਧਾਂ ਉੱਚੀਆਂ ਕੀਤੀਆਂ ਹੋਈਆਂ ਰੱਬ ਦਾ ਨਾਂ ਲੈ ਕੇ। ਉਹ ਫਿਰ ਧਰਮ ਸਾਂਭ ਨਹੀਂ ਮੰਗਣਾ ਤੂੰ, ਪਹਿਲਾਂ ਆਪਣੀ ਕੋਈ ਗੱਲ ਕਰ ਲੈ। ਉਹ ਗੁਰੂ ਪੀਰਾਂ ਨੂੰ ਕੋਈ ਖਤਰਾ ਨਹੀਂ, ਤੂੰ ਘਰ ਦਾ ਮਸਲਾ ਹੱਲ ਕਰ ਲੈ। ਐਵੇਂ ਗੁਰੂ ਘਰਾਂ ਵਿੱਚ ਲੜ ਲੜ ਕੇ, ਐਵੇਂ ਧਰਮਾਂ ਪਿੱਛੇ ਲੜ ਲੜ ਕੇ ਨਹੀਂ, ਰੋਜ਼ ਖੂਨ ਨੂੰ ਡੋਲੀਦਾ। ਨਾ ਕੱਢੀਏ ਮਾਂ ਦੀ ਗਾਲ ਕਦੇ, ਤੇ ਨਾ ਧੀ ਨੂੰ ਮਾੜਾ ਬੋਲੀਦਾ। ਉਹ ਨਾ ਧੀ ਨੂੰ ਮਾੜਾ ਬੋਲੀਦਾ। ਤਾੜੀ ਮਾਰਦਾ ਜੀ, ਵਧੀਆ ਲੱਗਿਆ ਤੁਸੀਂ ਵਧੀਆ।